ਹੁਸ਼ਿਆਰਪੁਰ ਤੋਂ ਸੰਸਦ ਤੇ ਕੇਂਦਰੀ ਮੰਤਰੀ ਜਿੱਥੇ ਸੋਮ ਪ੍ਰਕਾਸ਼ ਵੱਲੋਂ ਅੱਜ 1100 ਨਵਨੀਤ ਜਿਹੜੀਆਂ ਧੀਆਂ ਹੈ ਉਹਨਾਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਉੱਥੇ ਹੀ ਅਵਿਨਾਸ਼ ਚੰਦਰ ਜੀ ਪਹੁੰਚੇ ਨੇ ਵਿਸ਼ਾਲ ਜੀ ਗੱਲਬਾਤ ਕਰ ਲੈਣੇ ਅਵਿਨਾਸ਼ ਜੀ ਅੱਜ ਬੜਾ ਚੰਗਾ ਉਪਰਾਲਾ ਕੀਤਾ ਜਾ ਰਿਹਾ ਇਸ ਬਾਰੇ ਕੀ ਕਹਿਣਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਨਵਰੀ ਦੇ ਮਹੀਨੇ ਦੇ ਵਿੱਚ ਲੋਹੜੀ ਦਾ ਤਿਉਹਾਰ ਆਉਂਦਾ ਅੱਜ ਤੋਂ 20 ਸਾਲ ਪਹਿਲੋਂ ਜਿਹੜਾ ਹੈਗਾ ਲੋਕ ਲੜਕਿਆਂ ਦੀਆਂ ਲੋਹੜੀਆਂ ਮਨਾਉਂਦੇ ਹੁੰਦੇ ਸੀ ਅਤੇ ਬੇਟੀਆਂ ਦੀਆਂ ਲੋਹੜੀਆਂ ਉਦੋਂ ਨਹੀਂ ਮਨਾਈਆਂ ਜਾਂਦੀਆਂ ਸੀ ਪਰ ਕੁਝ ਸਮਾਜ ਸੇਵੀ ਸੋਮ ਪ੍ਰਕਾਸ਼ ਜੀ ਇਹਨਾਂ ਦੇ ਵਾਈਫ ਅਨੀਤਾ ਸੋਮ ਪ੍ਰਕਾਸ਼ ਜੀ ਵੱਲੋਂ ਇੱਥੇ ਬਹੁਤ ਬੜਾ ਉਦਮ ਕੀਤਾ ਗਿਆ 1100 ਲੜਕੀ ਦੀ ਲੋਹੜੀ ਅੱਜ ਮਨਾਈ ਜਾ ਰਹੀ ਆ ਇਹ ਬਹੁਤ ਇੱਕ ਵਧੀਆ ਕੰਮ ਹੈਗਾ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੀ ਜਿਹੜੀ ਬੇਟੀਆਂ ਦੀ ਲੋਹੜੀ ਮਨਾਉਣੀ ਇਹ ਬੜੀ ਵੱਡੀ ਗੱਲ ਆ ਛੋਟਾ ਛੋਟਾ ਉਪਰਾਲਾ ਨਹੀਂ ਹੈ 1100 ਜਿਹੜੀਆਂ ਨਵੀਆਂ ਬੱਚੀਆਂ ਦੀ ਲੋਹੜੀ ਪਾਈ ਜਾ ਰਹੀ ਹੈ ਹਾਂਜੀ ਹਾਂਜੀ ਇਹ ਛੋਟਾ ਉਪਰਾਲਾ ਨਹੀਂ ਹੈਗਾ ਬਹੁਤ ਵੱਡੀ ਗੱਲ ਆ 1100 ਬੱਚਿਆਂ ਨੂੰ ਲੋਹੜੀ ਪਾਉਣੀ ਔਰ ਉਹਨਾਂ ਨੂੰ ਸਾਰਿਆਂ ਨੂੰ ਮਾਣ ਸਨਮਾਨ ਦੇਣਾ ਉਹਨਾਂ ਦੇ ਮਾਪਿਆਂ ਨੂੰ ਇੱਥੇ ਸੱਦਣਾ ਭੋਜਨ ਦਾ ਵੀ ਇੰਤਜ਼ਾਮ ਆ ਸਾਰਾ ਬਹੁਤ ਅੱਛਾ ਆ ਔਰ ਇਦਾਂ ਦਾ ਉਦਮ ਸਾਰਿਆਂ ਨੂੰ ਕਰਨਾ ਚਾਹੀਦਾ ਜਿੰਨਾ ਜਿੰਨਾ ਜਿਸ ਦੀ ਹਸਤੀ ਹੈਗੀ ਜਿਹੜੇ ਅਮੀਰ ਲੋਕ ਆ ਸਾਡੇ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਇਹ ਕੰਮ ਜਿਹੜੇ ਕਰਨੇ ਚਾਹੀਦੇ ਆ ਬੜਾ ਅੱਛਾ ਉਦਮ ਆ ਔਰ ਮੈਂ ਇਸ ਉਦਮ 'ਤੇ ਸ਼੍ਰੀ ਸੋਮ ਪ੍ਰਕਾਸ਼ ਜੀ ਨੂੰ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਅਤੇ ਜਿੰਨੇ ਪ੍ਰਬੰਧਕ ਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਅੱਜ ਦੇ ਇਸ ਮੌਕੇ ਹੁਸ਼ਿਆਰਪੁਰ ਤੋਂ ਸੰਸਦ ਅਤੇ ਕੇਂਦਰੀ ਮੰਤਰੀ ਜਿੱਥੇ ਸੋਮ ਪ੍ਰਕਾਸ਼ ਵੱਲੋਂ ਅੱਜ 1100 ਨਵਨੀਤ ਜਿਹੜੀਆਂ ਧੀਆਂ ਹੈ ਉਹਨਾਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਉੱਥੇ ਹੀ ਅਵਿਨਾਸ਼ ਚੰਦਰ ਜੀ ਪਹੁੰਚੇ ਨੇ ਵਿਸ਼ਾਲ ਜੀ ਗੱਲਬਾਤ ਕਰ ਲੈਣੇ ਅਵਿਨਾਸ਼ ਜੀ ਅੱਜ ਬੜਾ ਚੰਗਾ ਉਪਰਾਲਾ ਕੀਤਾ ਜਾ ਰਿਹਾ ਇਸ ਬਾਰੇ ਕੀ ਕਹਿਣਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਨਵਰੀ ਦੇ ਮਹੀਨੇ ਦੇ ਵਿੱਚ ਲੋਹੜੀ ਦਾ ਤਿਉਹਾਰ ਆਉਂਦਾ ਅੱਜ ਤੋਂ 20 ਸਾਲ ਪਹਿਲੋਂ ਜਿਹੜਾ ਹੈਗਾ ਲੋਕ ਲੜਕਿਆਂ ਦੀਆਂ ਲੋਹੜੀਆਂ ਮਨਾਉਂਦੇ ਹੁੰਦੇ ਸੀ ਅਤੇ ਬੇਟੀਆਂ ਦੀਆਂ ਲੋਹੜੀਆਂ ਉਦੋਂ ਨਹੀਂ ਮਨਾਈਆਂ ਜਾਂਦੀਆਂ ਸੀ ਪਰ ਕੁਝ ਸਮਾਜ ਸੇਵੀ ਸੋਮ ਪ੍ਰਕਾਸ਼ ਜੀ ਇਹਨਾਂ ਦੇ ਵਾਈਫ ਅਨੀਤਾ ਸੋਮ ਪ੍ਰਕਾਸ਼ ਜੀ ਵੱਲੋਂ ਇੱਥੇ ਬਹੁਤ ਬੜਾ ਉਦਮ ਕੀਤਾ ਗਿਆ 1100 ਲੜਕੀ ਦੀ ਲੋਹੜੀ ਅੱਜ ਮਨਾਈ ਜਾ ਰਹੀ ਆ ਇਹ ਬਹੁਤ ਇੱਕ ਵਧੀਆ ਕੰਮ ਹੈਗਾ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੀ ਜਿਹੜੀ ਬੇਟੀਆਂ ਦੀ ਲੋਹੜੀ ਮਨਾਉਣੀ ਇਹ ਬੜੀ ਵੱਡੀ ਗੱਲ ਆ ਛੋਟਾ ਛੋਟਾ ਉਪਰਾਲਾ ਨਹੀਂ ਹੈ 1100 ਜਿਹੜੀਆਂ ਨਵੀਆਂ ਬੱਚੀਆਂ ਦੀ ਲੋਹੜੀ ਪਾਈ ਜਾ ਰਹੀ ਹੈ ਹਾਂਜੀ ਹਾਂਜੀ ਇਹ ਛੋਟਾ ਉਪਰਾਲਾ ਨਹੀਂ ਹੈਗਾ ਬਹੁਤ ਵੱਡੀ ਗੱਲ ਆ 1100 ਬੱਚਿਆਂ ਨੂੰ ਲੋਹੜੀ ਪਾਉਣੀ ਔਰ ਉਹਨਾਂ ਨੂੰ ਸਾਰਿਆਂ ਨੂੰ ਮਾਣ ਸਨਮਾਨ ਦੇਣਾ ਉਹਨਾਂ ਦੇ ਮਾਪਿਆਂ ਨੂੰ ਇੱਥੇ ਸੱਦਣਾ ਭੋਜਨ ਦਾ ਵੀ ਇੰਤਜ਼ਾਮ ਆ ਸਾਰਾ ਬਹੁਤ ਅੱਛਾ ਆ ਔਰ ਇਦਾਂ ਦਾ ਉਦਮ ਸਾਰਿਆਂ ਨੂੰ ਕਰਨਾ ਚਾਹੀਦਾ ਜਿੰਨਾ ਜਿੰਨਾ ਜਿਸ ਦੀ ਹਸਤੀ ਹੈਗੀ ਜਿਹੜੇ ਅਮੀਰ ਲੋਕ ਆ ਸਾਡੇ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਇਹ ਕੰਮ ਜਿਹੜੇ ਕਰਨੇ ਚਾਹੀਦੇ ਆ ਬੜਾ ਅੱਛਾ ਉਦਮ ਆ ਔਰ ਮੈਂ ਇਸ ਉਦਮ 'ਤੇ ਸ਼੍ਰੀ ਸੋਮ ਪ੍ਰਕਾਸ਼ ਜੀ ਨੂੰ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਅਤੇ ਜਿੰਨੇ ਪ੍ਰਬੰਧਕ ਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਅੱਜ ਦੇ ਇਸ ਮੌਕੇ।